ਅੱਜ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕੇਂਦਰ ਸਰਕਾਰ ਤੋਂ ਕਿ ਬਾਕੀ ਸਾਰੇ ਵਰਗਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਅਤੇ ਕੀ ਕਿਸਾਨਾਂ ਨੂੰ ਆਪਣੀ ਗੱਲ ਕਹਿਣ ਦਾ ਕੋਈ ਹੱਕ ਨਹੀਂ? ਜੇ ਦੇਸ਼ ਦਾ ਅੰਨਦਾਤਾ, ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਇੱਕ ਦਿੱਲੀ ਜਾ ਕੇ, ਆਪਣੀ ਰਾਜਧਾਨੀ ਜਾ ਕੇ, ਇੱਕ ਸੁਨਿਸ਼ਚਿਤ ਜਗ੍ਹਾ 'ਤੇ ਬੈਠ ਕੇ ਆਪਣੀਆਂ ਕੁਝ ਮਨ ਦੀਆਂ ਗੱਲਾਂ ਸਰਕਾਰ ਨੂੰ ਦੱਸਣੀਆਂ ਚਾਹੁੰਦਾ ਹੈ, ਤਾਂ ਤੁਸੀਂ ਬੰਬ ਮਾਰੋਗੇ, ਗੋਲੀਆਂ ਚਲਾਓਗੇ, ਕੰਡਿਆਂ ਵਾਲੀ ਤਾਰ ਪੰਜਾਬ ਦੇ ਆਸੇ ਆਲੇ ਦੁਆਲੇ ਐਂ ਲਗਾ ਦਿੱਤੀ ਹੈ ਕਿ ਜਿਵੇਂ ਪੰਜਾਬ ਨੂੰ ਘੇਰਾਬੰਦੀ ਕਰ ਦਿੱਤੀ ਹੋਵੇ ਪੰਜਾਬ ਦੇ ਬਾਰਡਰਾਂ 'ਤੇ। ਔਰ ਇਹ ਪਿਛਲੇ ਕਈ ਸਾਲਾਂ ਤੋਂ ਕਿਸਾਨ ਇਹ ਮੰਗਾਂ ਨੂੰ ਲੈ ਕੇ ਕਹਿ ਰਹੇ ਨੇ, ਕੇਂਦਰ ਸਰਕਾਰ ਨੇ ਕੋਈ ਗੰਭੀਰਤਾ ਹੀ ਨਹੀਂ ਦਿਖਾਈ। ਜੇ ਤੁਸੀਂ ਕਿਸੇ ਮਸਲੇ ਨੂੰ ਗੰਭੀਰਤਾ ਨਾਲ ਲੈਣਾ ਨਹੀਂ ਔਰ ਕਿਸਾਨਾਂ ਨੂੰ ਮਜਬੂਰ ਕਰਨਾ ਹੈ ਕਿ ਅੱਜ ਪੰਜਾਬ ਦਾ ਕਿਸਾਨ ਅੱਤਵਾਦੀ ਬਣ ਗਿਆ, ਤੁਸੀਂ ਕੀ ਦੇਸ਼ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਸੀਂ ਉਹ ਬਾਰਡਰਾਂ ਨੂੰ ਸੀਲ ਕਰਕੇ ਔਰ ਤੁਸੀਂ ਕਿਸਾਨਾਂ ਤੋਂ ਤੁਸੀਂ ਕੀ ਰੂਪ ਦੇਣਾ ਚਾਹੁੰਦੇ ਹੋ? ਕੀ ਬਿਰਤਾਂਤ ਸਿਰਜਣਾ ਚਾਹੁੰਦੇ ਹੋ? ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਇੰਨੇ ਸਾਲਾਂ ਦੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਨੂੰ ਤੁਸੀਂ ਗੰਭੀਰਤਾ ਨਾਲ ਕਿਉਂ ਨਹੀਂ ਲਿਆ? ਔਰ ਅੱਜ ਜੇ ਕਿਸਾਨ ਆਪਣੀ ਗੱਲ ਕਹਿਣੀ ਚਾਹੁੰਦਾ ਹੈ ਤਾਂ ਤੁਸੀਂ ਤਸ਼ੱਦਦ ਕਰੋਗੇ? ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਜੀ ਦੇ ਸਮੇਤ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਕੋਈ ਫਾਇਦਾ ਨੁਕਸਾਨ ਨਹੀਂ ਸੋਚਣਾ, ਕੋਈ ਸਿਆਸੀ ਸਿਆਸਤ ਬਾਰੇ ਨਹੀਂ ਸੋਚਣਾ, ਅਸੀਂ ਆਪਣੇ ਕਿਸਾਨ ਦੇ ਨਾਲ ਖੜੇ ਹੈ ਔਰ ਖੜੇ ਰਹਾਂਗੇ।